ਪਹਿਲਾਂ ਪੰਜਾਬੀ ਪਾਰਟੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਜਾਂਦਾ ਹੈ, ਮੁੜ ਕੇ ਹੁਣ ਪੰਜਾਬੀ ਪਾਰਟੀ ਭੰਗ ਕਰਕੇ ਤੇ ਅਕਾਲੀ ਦਲ ਬਣਾਇਆ ਜਾਂਦਾ, ਬੰਦੇ ਉਹੀ ਨੇ ਬਦਲ ਕੇ। ਇਹ ਹਾਂ, ਇਹ ਜਿਹੜਾ ਕੋੜਮਾ ਆ ਸਮੇਂ ਸਮੇਂ ਤਰ੍ਹਾਂ ਗੁੰਮਰਾਹ ਕਰਦਾ ਆਇਆ, ਜਿਸ ਨੂੰ ਸੱਚ ਨੂੰ ਸਾਹਮਣੇ ਲਿਆਉਣ ਲਈ ਬਲਵੰਤ ਸਿੰਘ ਜੀ ਖੇੜਾ ਨੇ ਇਹਨਾਂ ਦੇ ਖਿਲਾਫ ਇੱਕ ਕੇਸ ਪਾਇਆ, 19 ਸਾਲ ਲੜਿਆ, ਹੁਣ ਉਹਦੀ ਸੁਣਵਾਈ ਹੋਣੀ ਹੈ। ਵੱਡਾ ਛੋਟਾ ਬਾਦਲ ਅਤੇ ਚੀਮਾ ਜਿਹੜਾ ਇਹਨਾਂ ਦਾ ਹੈਗਾ ਆ ਦਲਜੀਤ ਸਿੰਘ, ਇਹ ਜੇਲ੍ਹ ਜਾਣਗੇ ਜੀ। ਉਹਨਾਂ ਨੂੰ ਹੁਣ ਬਚਾਉਣ ਲਈ ਇਹ ਤਰਲੋ ਮਛੀ ਹੋਏ ਹੋਏ ਆ ਵੀ ਸੰਵਿਧਾਨ ਜੇ ਦੋ ਪਾਸਪੋਰਟ ਆਪਾਂ ਨਹੀਂ ਰੱਖ ਸਕਦੇ, ਦੋ ਆਧਾਰ ਕਾਰਡ ਨਹੀਂ ਰੱਖ ਸਕਦੇ, ਦੋ ਵੋਟਰ ਕਾਰਡ ਨਹੀਂ ਰੱਖ ਸਕਦੇ, ਇਹ ਕਿਹੜੇ ਬੰਦੇ ਨੇ ਜੀ? ਅਕਾਲੀ ਦਲ ਵੀ ਇਹ ਅਤੇ ਸਿਆਸੀ ਪਾਰਟੀ ਵੀ ਇਹ, ਦੋ ਸੰਵਿਧਾਨ ਰਜਿਸਟਰਡ ਕਰਾਉਣ ਦੇ ਚੱਕਰ 'ਚ ਇਹ 420 'ਚ ਫਸ ਚੁੱਕੇ। ਹੁਣ ਉਹਨਾਂ ਚੀਜ਼ਾਂ ਤੋਂ ਬਚਣ ਲਈ ਇਹ ਬਿਆਨ ਦੇਣਗੇ, ਇਹਨਾਂ ਦਾ ਲਾਣਾ ਬਿਆਨ ਦੇਗਾ, ਅਸਤੀਫੇ ਦੇਣਗੇ, ਇੱਕ ਨਵਾਂ ਖੜਾ ਢਾਂਚਾ ਕਰਨਗੇ, ਉਹਦੇ ਵਿੱਚ ਅਕਾਲ ਤਖਤ ਦਾ ਜਥੇਦਾਰ ਵੀ ਬਦਲਿਆ ਜਾਊ, ਨਵੇਂ ਨੂੰ ਲਿਆ ਕੇ ਹੋ ਸਕਦਾ ਹੈ ਬਾਦਲਕਿਆਂ ਦੀ ਪੇਸ਼ੀ ਵੀ ਹੋਊ, ਨਿੱਕਾ ਮੋਟਾ ਝਾੜੂ ਵੀ ਮਰਵਾਇਆ ਜਾਊ। ਉਹਨਾਂ ਚਿਰ ਨੂੰ ਚੋਣਾਂ ਦਾ ਦਰਮਦਾਰ ਉਵੇਂ ਦਾ ਖੜਾ ਕਰਕੇ ਮਾਹੌਲ ਸਿਰਜ ਕੇ ਤਾਂ ਕਿ ਲੋਕ ਫਿਰ ਇਹਨਾਂ ਨੂੰ ਵੋਟਾਂ ਪਾ ਦੇਣ ਜੀ, ਇਹ ਪੰਥ ਲਈ ਕੁਰਸੀਆਂ ਛੱਡ ਕੇ ਆਏ, ਇਹ ਮੁੜ ਜਿੱਤ ਕੇ ਫਿਰ ਉਹੀ ਕਰਨ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਹੈ। ਕਿ ਜਦੋਂ ਖੇਤੀ ਬਿੱਲ ਆਏ ਤੇ ਕੇਂਦਰ ਦੇ ਨਾਲ, ਜਦੋਂ ਉਹਨਾਂ ਨੇ ਉਹ ਬਣਾ ਦਿੱਤੇ, ਕਿਸਾਨਾਂ ਨੇ ਵਿਰੋਧ ਕੀਤਾ ਤੇ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ, ਜਦੋਂ ਕਿਸਾਨਾਂ ਦੀ ਫਤਿਹ ਹੋ ਗਈ, ਵੋਟਾਂ ਆ ਗਈਆਂ ਅਗਲੇ ਪਾਸੇ, ਤੇ ਮੁੜ ਕੇ ਜੀ ਜਿੱਤਣ ਤੋਂ ਬਾਅਦ ਅਸੀਂ ਫਿਰ ਬੀਜੇਪੀ ਨਾਲ ਜਾਵਾਂਗੇ, ਭਾਜਪਾ ਦੇ ਨਾਲ ਅਸੀਂ ਫਿਰ ਜਾਵਾਂਗੇ। ਪੰਜਾਬ ਦੇ ਵਿੱਚ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਪਰ ਬਸਪਾ ਨਾਲ ਗੱਠਜੋੜ ਰੱਖਾਂਗੇ, ਕਿਉਂਕਿ ਸੈਂਟਰ ਦੇ ਵਿੱਚ ਬਸਪਾ ਜਿਹੜੀ ਆ ਭਾਜਪਾ ਨਾਲ ਗੱਠਜੋੜ ਰੱਖਦੀ। ਇਸ ਲਈ ਇਹ ਜਿਹੜੀ ਕੜੀ ਹੈ ਨਾ, ਇਹ ਉਵੇਂ ਜੁੜੀ ਹੋਈ ਹੈ। ਪਰ ਹੁਣ ਗੁਰੂ ਪੰਥ ਦੇ ਹੱਥ 'ਚ ਜਿਹੜਾ ਇਹ ਸੋਸ਼ਲ ਮੀਡੀਆ ਤੁਹਾਡੇ ਤੋਂ ਆ ਗਿਆ ਨਾ, ਹੁਣ ਇਹਨਾਂ ਦੇ PTC ਚੈਨਲ, ਅਜੀਤ ਅਖਬਾਰਾਂ ਗੁੰਮਰਾਹ ਨਹੀਂ ਕਰ ਸਕਣਗੀਆਂ। ਮੈਂ ਨਾ ਲੈਣ 'ਚ ਮੈਨੂੰ ਕੋਈ ਹਰਜ ਨਹੀਂ, ਕਿਉਂਕਿ ਹੁਣ ਤੱਕ ਉਹਨਾਂ ਬਾਦਲਾਂ ਦਾ ਬਹੁਤ ਸਾਥ ਦਿੱਤਾ ਹੈ ਅਤੇ ਪੰਥ ਦੀਆਂ ਜਿਹੜੀਆਂ ਖਤਰੇ 'ਚ, ਜਿਵੇਂ ਉਹਨਾਂ ਨੇ ਕਿਹਾ ਪੰਥ ਖਤਰੇ 'ਚ ਹੈਗਾ ਕਿ ਨਹੀਂ? ਹਾਂ, ਪੰਥ ਖਤਰੇ 'ਚ ਨਹੀਂ ਸੀ, ਨਾ ਹੈ ਨਾ ਹੋਣਾ ਆ, ਇਹ ਬਾਦਲ ਦਲ ਖਤਰੇ 'ਚ ਹੈ।